ਵਾਲੇ ਭਾਗਾ ਵਾਲੇ ਹਾਂ ਜੋ ਆਪਾਂ ਐਡੇ ਵੱਡੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਪਹੁੰਚੇ ਹਾਂ ਇਹ ਗੁਰੂ ਸਾਹਿਬ ਨੂੰ ਕੋਈ ਵੱਡੀ ਗੱਲ ਨਹੀਂ ਸੀ ਵੀ ਆਪਾਂ ਨੂੰ ਇਨਸਾਫ ਨਹੀਂ ਮਿਲਦਾ ਜਾਂ ਮਿਲਣਾ ਨਹੀਂ ਸੀ ਇਹ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਨੇ ਆਪਣਾ ਜ਼ਰੀਆ ਕਰਿਆ ਸਿੱਖ ਕੌਮ ਦੇ ਮਲਾਪ ਦਾ ਜੋ ਕਿ ਜਿਵੇਂ ਆਪਾਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆਪਾਂ ਨੂੰ ਹਰ ਇੱਕ ਕੋਨੇ ਤੋਂ ਹਰ ਇੱਕ ਹਰਿਆਣੇ ਪੰਜਾਬ ਦਾ ਮੇਲ ਕਰਾਇਆ ਸੀ ਉਹ ਹੁਣ ਆਪਣੀ ਸਿੱਖ ਕੌਮ ਦਾ ਮੇਲ ਕਰਾਇਆ ਜੋ ਕਿ ਆਪਣੀ ਸਿੱਖ ਕੌਮ ਵੱਖ-ਵੱਖ ਗਦਾਰਾਂ ਦੇ ਮੰਗਰ ਲੱਗ ਕੇ ਚੁਗਲਾਂ ਦੇ ਮੰਗਰ ਲੱਗ ਕੇ ਵਿਖਰੀ ਫਿਰਦੀ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਣ ਕਾਲਜ ਦੇ ਕਾਲਜੁਗ ਦੇ ਵਿੱਚ ਜਿਹੜਾ ਕੀਰਤਨ ਪ੍ਰਧਾਨਾ ਆਪਣੇ ਗੁਰੂ ਗੋਬਿੰਦ ਸਿੰਘ ਪੰਥ ਖਾਲਸੇ ਨੂੰ ਇਕੱਠਾ ਕਰਿਆ ਇਹ ਇਕੱਠਾ ਕਰਕੇ ਆਪਣੇ ਪੰਥ ਦੀ ਜੀਤ ਹੋਣੀ ਆ ਬੰਦੀ ਸਿੰਘਾਂ ਦੀ ਰਿਹਾਈ ਕੋਈ ਦੂਰ ਦੀ ਗੱਲ ਨਹੀਂ ਸੀ ਇਹ ਤਾਂ ਹੋ ਵੀ ਜਾਣੀ ਸੀ ਆਪਣੇ ਪੰਥ ਨੂੰ ਕੋਈ ਵੱਡੀ ਗੱਲ ਨਹੀਂ ਸੀ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਨੇ ਜੋ ਆਪਣੇ ਸਿੱਖਾਂ ਸੰਗਤਾਂ ਦਾ ਮਲਾਪ ਕਰਾਇਆ ਇਹ ਬਹੁਤ ਹੀ ਚੰਗਾ ਕਰਮਾਂ ਵਾਲਾ ਭਾਗਾ ਵਾਲਾ ਦੇਣਾ ਹੁਣ ਅੱਜ ਅੱਗੇ ਸਿੰਘ ਸੰਗਤਾਂ ਚਿੱਠੀਆਂ ਤੇ ਇਕੱਠੇ ਹੁੰਦੇ ਸੀ ਤਖਤਾਂ ਤੇ ਇਕੱਠੇ ਹੁੰਦੇ ਸੀ ਹੁਣ ਸਾਨੂੰ ਮੋਬਾਈਲਾਂ ਦੇ ਜ਼ਰੀਏ ਝੂਠ ਬੋਲਣੇ ਕਿਸੇ ਦਾ ਪਿਆਰ ਮੁਹੱਬਤ ਕਰਨਾ ਕਿਸੇ ਦੀ ਗਰੀਬ ਨੂੰ ਮਾਰ ਕੇ ਸੁੱਟਣਾ ਉਸ ਦੀਆਂ ਟੰਗਾ ਖਿੱਚਣ ਵਾਲੇ ਤਾਂ ਬਹੁਤ ਨੇ ਪਰ ਡਿੱਗੇ ਦੀ ਬਾਹ ਫੜਨ ਵਾਲਾ ਕੋਈ ਹੋਈ ਆ ਇਹ ਕਾਲ ਯੁੱਗ ਦਾ ਜਵਾਨਾ ਆ ਗਿਆ ਜੋ ਕਿ ਮਜਲੂਮਾਂ ਰਹੀ ਕਿਸੇ ਗਰੀਬ ਲਈ ਆਵਾਜ਼ ਚੁੱਕਦਾ ਨਾ ਉਸ ਦੀ ਗਰਦਨ ਪਹਿਲਾਂ ਤਾਂ ਪਿੰਡ 'ਚੇ ਫੜੀ ਜਾਂਦੀ ਆ ਫਿਰ ਆਂਗਾਹਾਂ ਸਰਕਾਰਾਂ ਤੱਕ ਜੋ ਕੋਈ ਬਲਾ ਆਵਾਜ਼ ਬਲੰਦ ਕਰਦਾ ਪੰਥ ਖਾਲਸੇ ਖਾਤਰ ਕਿਸੇ ਵੀ ਖਾਤਰ ਇਹ ਚੜਦੀ ਕਲਾ ਚ ਰੱਖੂਗਾ ਚੜਦੀ ਕਲਾ ਚ ਰਹਾਂਗੇ ਰਹੇ ਆ ਮੇਰੀਆਂ ਭੈਣਾਂ ਨੂੰ ਹੱਥ ਮੰਨ ਕੇ ਬੇਨਤੀ ਆ ਆਪਾਂ ਮਾਤਾ ਗੁਜਰਕੌਰ ਦੀਆਂ ਧੀਆ ਅਤੇ ਮਾਤਾ ਸਾਹਿਬਕੌਰ ਦੀਆਂ ਧੀਆ ਮਾਈ ਭਾਗੋ ਦੀਆਂ ਬਾਰਸਾਂ ਆਪਾਂ ਇਸ ਮੋਰਚੇ 'ਚ ਬਦ ਤੋਂ ਬਦ ਸਮੂਲੀਅਤ ਕਰਨੀ ਆ ਜਿੰਨਾ ਵੀ ਹੋ ਸਕੇ ਬਦ ਤੋਂ ਬਦ ਯੋਗਦਾਨ ਪਾਉਣਾ ਹੈ ਜੇ ਕੋਈ ਕਿਸੇ ਦੇ ਖਿਲਾਫ ਬਦਕਾ ਟੱਕਰ ਬੋਲਿਆ ਜਾਵੇ ਖਿਮਾ ਦੀ ਇਜਾਜ਼ਤ ਕਾ ਪਰਚਾ ਪੰਥ ਚੜ੍ਹਦੀ ਕਲਾ 'ਚ ਰਹੇਗਾ ਰਹੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਥ ਕੀ ਜੀਤ ਪੰਥ ਕੀ ਜੀ ਦਾ ਖਾਲਸਾ ਕਰਦੇ ਆ ਗੁਰਦੁਆਰਾ